ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਮੀਤ ਸਿੰਘ ਜੀ, ਮੈਂ ਰਜਨੀਤ ਸਿੰਘ ਵਾਜੂ ਤੋਂ ਸੂਬੀਆਂ ਮੈਦਾਨ ਤੋਂ ਬੋਲ ਰਿਹਾ। ਹਾਂਜੀ ਵਾਹਿਗੁਰੂ ਜੀ, ਠੀਕ ਠਾਕ ਹੋ? ਤੁਸੀਂ ਕੱਲ ਧਰਨਾ ਸ਼ੁਰੂ ਕਰਤਾ ਲਗਾਤਾਰ, ਥੋੜਾ ਦੱਸੋਗੇ ਕੱਲ ਕੀ ਗੱਲਬਾਤ ਹੋਈ ਆ? ਤੁਸੀਂ ਹੁਣ ਜਿਹੜਾ ਅਗਲੀ ਕਾਰਵਾਈ ਆਪਣੀ ਕੀ ਆ ਬੁੱਤਾਂ ਬਾਰੇ? ਬੁੱਤਾਂ ਬਾਰੇ ਏਦਾਂ ਹੈ ਕਿ ਪ੍ਰਸ਼ਾਸਨ ਨੂੰ ਅਸੀਂ ਬੜੇ ਲੰਮੇ ਸਮੇਂ ਤੋਂ ਮੰਗ ਪੱਤਰ ਦਿੰਦੇ ਆ ਰਹੇ ਆ। ਜਦੋਂ ਉਹਦਾ ਜਵਾਬ ਮੰਗਦੇ ਆ ਤੇ ਮੁੜ ਕੇ ਉਹ ਗੱਲ ਉਹਨਾਂ ਨੂੰ ਗੋਲ ਜੀ ਕਰ ਦਿੰਦੇ, ਜੇ ਅਸੀਂ ਡੀਸੀ ਨਾ ਬਹਿੰਦੇ ਤੇ ਡੀਸੀ ਨੀ ਬਹਿੰਦਾ। ਡੀਸੀ ਜੀ ਉਹ ਦਿੱਲੀ ਗਿਆ ਹੋਇਆ ਵਾ, ਇਦਾਂ ਕਹਿ ਕਹਿ ਕੇ ਸਾਨੂੰ ਇਹਨਾਂ ਨੇ ਬਹੁਤ ਬੜੀ ਵਾਰ ਇਹਨਾਂ ਨੇ ਸਾਨੂੰ ਇਹ ਗੱਲਾਂ ਤੋਂ ਜਿਹੜੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਬਹਿ ਜਾਣ, ਠੀਕ ਹੈ, ਪਰ ਅਸੀਂ ਨਾ ਇਹ ਜਾਰੀ ਰੱਖਿਆ ਪ੍ਰੋਗਰਾਮ ਤੇ ਫਿਰ ਥੋੜੇ ਦਿਨ ਫਿਰ ਜਿਹੜਾ ਸਾਨੂੰ ਵਿਸ਼ਵਾਸ ਦਵਾਇਆ ਕਿ 26 ਜਨਵਰੀ ਹੈ, 26 ਜਨਵਰੀ ਤੋਂ ਬਾਅਦ ਛੇਤੀ ਹੀ ਮਸਲਾ ਹੱਲ ਹੋ ਜੂਗਾ। ਠੀਕ ਹੈ, ਹੁਣ ਸ਼੍ਰੋਮਣੀ ਕਮੇਟੀ ਨੇ ਕੱਲ ਲਾਇਆ ਮੋਰਚਾ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ 3 ਮੈਂਬਰੀ ਕਮੇਟੀ ਬਣਾਈ ਗਈ ਆ। ਹਾਂਜੀ, ਤੇ ਅਸੀਂ ਮੰਗ ਕਰਦੇ ਆ ਕਿ ਪ੍ਰਸ਼ਾਸਨ ਨੂੰ, ਕੱਲ ਵੀ ਕਿਹਾ ਵਾ ਕਿ ਜਿਹੜਾ ਪਰਚਾ ਕੀਤਾ ਗਿਆ ਵਾ ਸਿੰਘਾਂ ਦੇ ਉੱਪਰ ਨਵਾਂ ਜਾਣਿਆ ਦੇ ਝੂਠਾ, ਹਾਂਜੀ, ਉਹ ਕੈਂਸਲ ਕੀਤਾ ਜਾਵੇ ਤੇ ਬਹੁਤੇ ਇਥੋਂ ਜਲਦੀ ਹਟਾਏ ਜਾਣ। ਉਹਦੇ ਬਾਰੇ ਕੋਈ ਪ੍ਰਸ਼ਾਸਨ ਸਾਨੂੰ ਵਿਸ਼ਵਾਸ ਨਹੀਂ ਦਵਾ ਰਿਹਾ, ਕਿਉਂਕਿ ਸਾਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਇੱਕ ਐਪਲੀਕੇਸ਼ਨ ਦਿਓ ਤੇ ਅਸੀਂ 2-3 ਦਿਨਾਂ ਦੇ ਵਿੱਚ ਪਰਚਾ ਜਿਹੜਾ ਕੈਂਸਲ ਕਰ ਦੇਵਾਂਗੇ, 2-3 ਦਿਨ ਵਿੱਚ ਤੁਹਾਨੂੰ ਰਿਪੋਰਟ ਬਣਾ ਕੇ ਜਾਂ ਤੁਹਾਡੇ ਬਿਆਨ ਲਿਖਾਂਗੇ। ਇਹਨਾਂ ਨੇ ਨਾ ਸਾਡੇ ਕਿਸੇ ਦੇ ਬਿਆਨ ਲਿਖੇ ਸੀ, ਅਸੀਂ ਇਹਨਾਂ ਨੂੰ ਕਾਫੀ ਦਿਨ, ਜਿੱਦਾਂ 15 ਨੂੰ ਪਰਚਾ ਦਰਜ ਹੋਇਆ ਵਾ ਤੇ 16 ਨੂੰ ਅਸੀਂ ਇਹਨਾਂ ਨੂੰ ਯਾਨੀ ਕਿ ਦੇਤੀ ਐਪਲੀਕੇਸ਼ਨ ਅਧਿਕਾਰੀਆਂ ਨੂੰ ਜਿਹੜੇ ਪੁਲਿਸ ਕਮਿਸ਼ਨਰ ਸਾਹਿਬ ਆ, ਪਰ ਉਹਦਾ ਕੋਈ ਸਾਨੂੰ ਇਹਨਾਂ ਨੇ ਦੱਸਿਆ ਨੀ ਹੈ ਕਿ ਹਾਂ ਤੁਹਾਡੇ ਜਿਹੜੇ ਬਿਆਨ ਹੋਣੇ ਇੰਨੇ ਬੰਦਿਆਂ ਦੇ, ਉਹ ਬਿਆਨ ਦੇ ਆਧਾਰ ਦੇ ਉੱਤੇ ਜਿਹੜੀ 307 ਪਰਚਾ ਕੈਂਸਲ ਕਰਨ ਵਾਸਤੇ ਇਹਨਾਂ ਨੇ, ਇਹ ਸਾਨੂੰ ਕੁਝ ਨੀ ਦੱਸ ਰਹੇ। ਗੋਮਨਾ ਨਾਲ ਮਿੱਟੀ ਝਾੜ ਰਿਹਾ, ਜਿਹਦੇ ਕਰਕੇ ਅੱਜ ਅਸੀਂ ਇੱਥੇ, ਕੱਲ ਦਾ ਫਿਰ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਨੇ ਉਹਦੇ ਸਹਿਬਾਤ ਹੋ ਜਾਏਗੀਆਂ ਜਿਸ ਭਾਵੇ ਚੱਲੇ, ਫਿਰ ਕੱਲ ਦਾ ਅਸੀਂ ਮੋਰਚਾ ਜਿਹੜਾ ਇੱਥੇ ਜਾਰੀ ਕਰ ਦਿੱਤਾ ਵਾ, ਤੇ ਜਾਰੀ ਕਰਨ ਦੇ ਨਾਲ ਹੁਣ ਜਥੇਦਾਰ ਸਾਹਿਬ ਵੀ ਸਿੰਘ ਸਾਹਿਬ ਨਾਲ ਹਰਜੀਤ ਸਿੰਘ ਵੀ ਬਿਆਨ ਲਾ ਰਹੇ ਆ। ਜਿਹੜੀ 3 ਮੈਂਬਰੀ ਕਮੇਟੀ ਬਣੀ ਆ, ਕੁਝ ਕੁਝ ਕਿਉਂਕਿ ਰਾਜੀ ਸਿੰਘਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ, ਠੀਕ ਹੈ, ਨਾਲ ਹੀ ਜਿਹੜੇ ਕਮਿਸ਼ਨਰੀ ਜਥੇ ਆ, ਢਾਡੀ ਜਥੇ ਆ, ਜਿਨ੍ਹਾਂ ਨੇ ਇਸ ਮੋਰਚੇ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਮੋਰਚੇ ਤੋਂ ਹਟਾਏ ਜਾਣ। ਹਾਂਜੀ, ਬਲਵੀਰ ਸਿੰਘ ਜੀ, ਇੱਕ ਦੋ ਵੀਡੀਓ ਚ ਜਿੱਦਾਂ ਤੁਹਾਡੇ ਕਲਿੱਪ ਕੱਲ ਜਿੱਦਾਂ ਵਾਇਰਲ ਹੋਏ ਆ, ਇੱਕ ਦੇ ਵਿੱਚ ਗੱਲ ਤੁਸੀਂ ਕਰ ਰਹੇ ਸੀਗੇ ਕਿ ਕਈ ਬੰਦੇ ਪ੍ਰਸ਼ਾਸਨ ਨੂੰ ਫੋਨ ਕਰਕੇ ਕੁਛ ਕਰ ਦਿੰਦੇ ਆ, ਉਹ ਕੀ ਘਟਨਾ ਜੀ? ਇਹ ਜਿਹੜਾ ਪ੍ਰਸ਼ਾਸਨ ਆ, ਏਦਾਂ ਹੁੰਦਾ ਵਾ ਕਿ ਇਹ ਜਿਹੜਾ ਸੁਧੀਰ ਭਾਲ ਸਿੰਘ ਵਾ, ਹਾਂਜੀ, ਉਹ ਮੂੰਹ ਦਾ ਬਹੁਤ ਹੀ ਮਿੱਠਾ ਵਾ, ਮੈਂ ਉਹਨੂੰ ਨਿੱਕੇ ਹੁੰਦੇ ਤੋਂ ਜਾਣਦਾ ਵਾ। ਠੀਕ ਆ, ਉਹ ਸਿੰਘਾਂ ਨੂੰ ਪੁੱਛ ਲੈਂਦਾ ਹੌਲੀ ਜਿਹਾ ਤਰੀਕੇ ਨਾਲ ਕਿ ਤੁਸੀਂ ਆਉਣਾ ਉੱਥੇ, ਤੁਸੀਂ ਆਉਣਾ ਉੱਥੇ, ਏਦਾਂ ਕਹਿ ਕੇ ਕਿੰਨੇ ਵੀ ਲੈਣੇ ਪਊ ਗੱਲ ਨੀ, ਮੈਂ ਆਪੇ ਇਹਨਾਂ ਨਾਲ ਉਹ ਮਿੱਠੀਆਂ ਗੋਲੀਆਂ ਦੇ ਕੇ, ਪਰ ਮੈਂ ਆਪਾਂ ਉਹਦਾ ਲਿਹਾਜ ਨੀ ਕੀਤਾ ਕਿਉਂਕਿ ਬੱਚਿਆਂ ਨੂੰ ਟੈਰੋਗੇਟ ਬਹੁਤ ਕੀਤਾ ਗਿਆ, ਬੱਚਿਆਂ ਨੂੰ ਟੈਰੋਗੇਟ ਬਹੁਤ ਕੀਤਾ ਵਾ ਇਹਨਾਂ ਨੇ, ਤੇ ਉਹਨਾਂ ਦੇ ਦਸਤਾਰਾਂ ਵੀ ਕਿਤੇ ਖਿੱਚ ਖਿੱਚੇ ਲਾਈਆਂ ਗਈਆਂ। ਮੁਲਾਕਾਤ ਪਾਈ ਗੁਰਤੇਗ ਸਿੰਘ ਦੇ ਪਿਤਾ ਨੇ, ਗੁਰਦੇਵ ਸਿੰਘ ਜਿਹੜੇ ਬਟਾਲੇ ਏਰੀਏ ਵੱਲੋਂ ਆ, ਉਹਨਾਂ ਨੇ ਜਦੋਂ ਮੁਲਾਕਾਤ ਪਾਈ ਆ ਤੇ ਉਹ ਮੁਲਾਕਾਤ ਦੇ ਵਿੱਚ ਉਹਨਾਂ ਨੇ ਆ ਪੂਰਾ ਦੱਸਿਆ ਵਾ ਕਿ ਸਾਡੇ ਬੱਚਿਆਂ ਨੇ ਹੁਣ ਦੱਸਿਆ ਵਾ ਖੁੱਲ ਕੇ ਕਿ ਸਾਨੂੰ ਕੁੱਟਮਾਰ ਵੀ, ਲੀੜੇ ਕੱਪੜੇ ਉਤਾਰ ਕੇ ਸਾਰੇ ਝੋਲੇ ਲਾ ਕੇ ਤੇ ਕੁੱਟਮਾਰ ਵੀ ਕੀਤੀ ਆ, ਤੇ ਨਾਲੇ ਸਾਡੀਆਂ ਦਸਤਾਰਾਂ ਜਬਰੀ ਰਹੀਆਂ, ਦਸਤਾਰਾਂ ਦਾ ਨਿਰਾਦਰ ਕੀਤਾ ਵਾ। ਜੇਕਰ ਪ੍ਰਸ਼ਾਸਨ ਕਹਿੰਦਾ ਕਿ ਬੱਚਿਆਂ ਨੇ ਕਾਨੂੰਨ ਨੂੰ ਹੱਥ ਚ ਲਿਆ ਵਾ, ਤੇ ਇਹਨਾਂ ਦੇ ਭਾਂਤੀਆਂ ਧਰਾਵਾਂ ਜਿਹੜਾ ਜਿੱਦਾਂ ਪ੍ਰੋਪਰਟੀ ਦਾ ਨੁਕਸਾਨ ਕੀਤਾ ਸੀ ਉਹਦੀ ਧਾਰਾ ਲਾ ਸਕਦੇ 307 ਨਹੀਂ ਲੱਗ ਸਕਦੀ, ਕਿਉਂਕਿ ਜੇਕਰ ਬੱਚਿਆਂ ਨੇ ਕਾਨੂੰਨ ਹੱਥ ਚ ਲਿਆ ਤੇ ਇਹਨਾਂ ਦੇ ਪਰਚਾ ਦਰਜ ਹੋ ਗਿਆ
ਤੇ ਜੇ ਪ੍ਰਸ਼ਾਸਨ ਜਿਹੜਾ ਕਾਨੂੰਨ ਦਾ ਰਖਵਾਲਾ ਉਹ ਕਾਨੂੰਨ ਨੂੰ ਹੱਥ ਵਿੱਚ ਲੈਂਦਾ ਤੇ ਇਹਨਾਂ ਦੇ ਫਿਰ ਸਜ਼ਾ ਵੀ ਜ਼ਿਆਦਾ ਹੋਣੀ ਚਾਹੀਦੀ ਹੈ ਤੇ ਇਹਨਾਂ ਦੇ ਪੇਪਰ ਤੇ ਜਲਦੀ ਹੋਣਾ ਚਾਹੀਦਾ। ਅਸੀਂ ਚਾਹੁੰਦੇ ਹਾਂ, ਅਸੀਂ ਕੱਲ ਹੀ ਬਿਆਨ ਦਿੱਤਾ ਕਿ ਇਹਨੂੰ ਸਸਪੈਂਡ ਕੀਤਾ ਜਾਵੇ, ਜਿਹੜਾ ਐਸ ਐਚ ਓ ਇੱਥੇ ਗੁਰਮੀਤ ਸਿੰਘ ਵਾ ਕਦਵਾਲੀ ਥਾਣੇ ਦੇ ਵਿੱਚ। ਠੀਕ ਹੈ, ਅਸੀਂ ਮੰਗ ਕਰਦੇ ਹਾਂ ਤੇ ਮੰਗ ਸਾਡੀ ਇਹੋ ਜਾਰੀ ਆ, ਅਸੀਂ ਇਹਨਾਂ ਦਾ ਲਿਹਾਜ਼ ਨੀ ਕਰਾਂਗੇ ਪ੍ਰਸ਼ਾਸਨ ਦਾ, ਕਿਉਂਕਿ ਬਾਹਰਲੇ ਦੇਸ਼ ਬੱਚੇ ਡਰਦੇ ਇਹਨਾਂ ਤੋਂ, ਤਾਂ ਬਾਹਰ ਨੂੰ ਭੱਜ ਰਹੇ 25-30 ਲੱਖ ਦੇ ਕੇ ਇੱਥੇ ਭਈਏ ਤੁਰੇ ਆਉਂਦੇ। ਸਾਡੇ ਪੰਜਾਬੀ ਮੁੰਡੇ ਜਿਹੜੇ ਨੌਜਵਾਨ ਪੜ੍ਹੇ ਲਿਖੇ ਜਿਹੜੇ ਅਫਸਰ ਬਣਦੇ ਸੀ ਉਹ ਡਰਦੇ ਅਫਸਰ ਵੀ ਨੀ ਬਣਦੇ, ਤੇ ਨਾ ਉਹ ਬੱਚੇ ਜਿਹੜੇ ਆ ਕਿੱਦਾਂ ਤਰੱਕੀ ਕਰ ਰਹੇ ਬਾਹਰਲੇ ਦੇਸ਼ਾਂ ਜਾ ਰਹੇ ਆ। ਗੱਲ ਤੁਸੀਂ ਮੇਰੀ ਜਿਹੜੀ ਹੋਰ ਮੈਂ ਸੁਣੀ, ਤੁਸੀਂ ਕਹਿ ਰਹੇ ਸੀ ਕਿ ਚੂਲੇ ਦੀ ਗੱਲ ਕਰ ਰਹੇ, ਕੋਈ ਸਿਆਣਾ ਬੰਦਾ ਕਹਾਵਤ ਸੁਣਾ ਰਿਹਾ ਸੀ ਕੋਈ ਚੀਜ਼ ਚੂਲੇ ਦੀ, ਚੂਲੇ ਦੀ ਹਾਂ ਉਹ ਕਿਲੇ ਇਹ ਕਿ ਜਿਹੜਾ ਬੰਦਾ ਜਦੋਂ ਜਾਂਦਾ ਜਾਂਦਾ ਸੀ ਤੇ ਉਹ ਬਣ ਬਜ਼ੁਰਗ ਕਹਿੰਦਾ ਕਿ ਏਦਾਂ ਸੀ ਕਿ ਮੈਂ ਜਦੋਂ ਪੁੱਤ ਮਰਿਆ ਤੇ ਮੇਰੇ ਮੂੰਹ ਚ ਕਿਲਾ ਦੇ ਦਿਓ, ਮੇਰੀ ਖਵਾਇਸ਼ ਵਾ। ਅੱਛਾ ਜੀ, ਤੇ ਬੁੱਢਾ ਹੈ ਬੜਾ ਤੇਜ਼ ਸੀ, ਮੁੰਡੇ ਤੰਗ ਕਰਦੇ ਹੋਣਗੇ। ਠੀਕ ਹੈ, ਸਰਕਾਰ ਨੇ ਅਸੀਂ ਇਹਨੂੰ ਸਰਕਾਰ ਨੀ ਮੰਨਦੇ ਰਹੇ, ਇਹਨੂੰ ਮੁਰਦਾਬਾਦ ਕਹਿੰਦੇ ਰਹੇ ਆ, ਤੇ ਇਹਨੇ ਕਿਹਾ ਕਿ ਹੁਣ ਜਾਂਦੇ ਜਾਂਦਾ ਮੈਂ ਸਿੱਖਾਂ ਦੇ ਮੂੰਹ ਚ ਕਿਲਾ ਹੀ ਦੇ ਜਾਵਾਂ। ਇਹਨੇ ਬਹੁਤ ਵੱਡਾ ਜਿਹੜਾ ਇੱਥੇ ਬੁੱਤਾਂ ਦਾ ਜਿਹੜਾ ਕਰਕੇ, ਹੁਣ ਕੈਪਟਨ ਦੇ ਵਾਸਤੇ ਤੇ ਜਿੱਦਾਂ ਪਾਣੀ ਦਾ ਗਲਾਸ ਇੱਕ ਮੇਜ਼ ਤੋਂ ਚੁੱਕ ਕੇ ਦੂਜੇ ਮੇਜ਼ ਤੇ ਕਰਨਾ ਇੱਕ ਬਰੋਬਰ ਆ, ਬਹੁਤ ਉਹਦੇ ਗਾੜੀ ਕੀ ਹੈ ਜੀ ਹੁਣੇ ਕੰਮ ਕਰ ਦੇਵੇ ਤੇ। ਸਰਕਾਰ ਟ੍ਰਾਂਸਫਾਰਮਰ ਨੀ ਹੁੰਦੀ ਜਾਂ ਬੁੱਕ ਨਹੀਂ ਹਟਾਉਣੀ 30 ਤਰੀਕ ਤੱਕ, ਤੁਹਾਡੀ ਅੱਖੀ ਹੋਊਗੀ ਫਿਰ ਆਪਣੀ ਹੱਥੀ ਗੁਰੂ ਸੇਵਾ ਲੈਣਗਾ। ਫਿਰ ਜਿਹੜਾ ਪਰਚਾਣਾ ਹੋਵੇ ਅੱਗੇ ਵੀ ਹੋਇਆ ਹੁਣ ਪਰਚੇ ਚ ਅਸੀਂ ਵੀ ਆ ਜਾਗੇ, ਹੁਣ ਮੇਨ ਜਿਹੜੇ ਜਥੇਬੰਦੀ ਦੇ ਮੁਖੀ ਹੋਣਗੇ ਉਹ ਹੋਣਗੇ, ਸੰਗਤ ਮਗਰ ਆਊਗੀ। ਮਤਲਬ ਏਦਾਂ ਨੀ ਹੋਊਗੀ, ਕੱਲ ਬੀਬੀ ਮਨਦੀਪ ਕੌਰ ਖਾਲਸਾ ਕਹਿ ਰਹੀ ਸੀ ਸਿੱਧੇ ਸਰਕਾਰੀ ਵਾਲਾ ਕੰਮ ਇੱਥੇ ਨਾ ਕਰਦੇ, ਗੱਲਾਂ ਕਰਨ ਨੂੰ ਕਰੀਆਂ ਜਾਂਦੇ ਪਰ ਅਸੀਂ ਜਿਨ੍ਹਾਂ ਨੇ ਸਾਨੂੰ ਮਹਾਰਾਜ ਨੇ ਵਾਲ ਬਖਿਆ ਵਾ, ਅਸੀਂ ਕਿਸੇ ਨੂੰ ਇਹ ਨੀ ਕਿਹਾ ਕਿ ਅਸੀਂ ਬਵਾਂਗੇ ਅਸੀਂ ਬਵਾਂਗੇ। ਉਧਰੋਂ ਆਏ ਆਉਂਦਿਆਂ ਉਹਨਾਂ ਨੇ ਸੁਨੇਹਾ ਲਾ ਤਾ ਕਿ ਬਲਬੀਰ ਸਿੰਘ ਜੀ ਆਪਣਾ ਜਥਾ ਲੈ ਕੇ ਫਿਰ ਉਸ ਤੋਂ ਜੰਗਾਰਾ ਲਾ ਕੇ ਸੇਵਾ ਝੋਲੀ ਜੀ ਪਵਾ ਲਈਏ ਬਹਿ ਗਏ ਆ। ਅੱਛਾ, ਹਾਂਜੀ ਹਾਂਜੀ, ਕਿਉਂਕਿ ਸਾਹਿਬ ਦੇ ਹੱਥ ਵਜਾਈਆਂ ਜਿਵੇਂ ਗੁਰੂ ਸਾਹਿਬ ਦੀ ਕਿਰਪਾ ਕਰਨਗੇ, ਜਿਵੇਂ ਦੇਣਗੇ ਉਦਾਂ ਹੀ ਮਿਲਣੀਆਂ ਜੀ, ਇਹ ਵਜਾਈਆਂ ਉਹਦੇ ਹੱਥ ਵਾਸਤੇ, ਮਾਇਆ ਨੂੰ ਮੁੱਖ ਰੱਖਾਂਗੇ ਫਿਰ ਤੇ ਕਾਮਯਾਬੀ ਮਿਲ ਹੀ ਨੀ ਆ, ਸੇਵਾ ਨੂੰ ਮੁੱਖ ਰੱਖਾਂਗੇ ਸਤਿਗੁਰ ਆਪੇ ਜੇ ਪਾਤਸ਼ਾਹ ਨੇ ਆਪਣੇ ਕਾਰਜ ਆਪੇ ਕਰਵਾ ਲੈਣੇ ਆ। ਕਿਉਂਕਿ ਜਦੋਂ ਬਲਦੇਵ ਸਿੰਘ ਸਿਰਸਾ ਬੋਲ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਅਸੀਂ ਮੀਟਿੰਗ ਉੱਥੇ ਸੱਦੀ ਸੀ, ਬਲਬੀਰ ਸਿੰਘ ਉਹਨਾਂ ਨੇ ਇੱਥੇ ਮੋਰਚਾ ਸ਼ੁਰੂ ਕਰਤਾ। ਉਹ ਭਾਈ ਸਾਹਿਬ ਜੀ ਅਸੀਂ ਉਹਨਾਂ ਨੂੰ ਬੜੇ ਨਿੱਕੇ ਹੁੰਦਿਆਂ ਤੋਂ ਜਾਣਦੇ ਜੀ, ਹਾਂ ਉਹ ਬਣੀ ਬਣਾਈ ਚੀਜ਼ ਨੂੰ ਆਣ ਕੇ ਆਂਦੇ ਕਿ ਅਸੀਂ ਹੁਣ ਇਹਦੇ ਮੁੱਢੀ ਬਣ ਜਾਈਏ, ਅਸੀਂ ਨੀ ਚਾਹੁੰਦੇ ਆ ਰਲ ਕੇ ਸੇਵਾ ਕਰੋ, ਅਸੀਂ ਕਹਿੰਦੇ ਕਿ ਨਹੀਂ, ਕਾਰਨ ਇਹ ਕਿ ਬਲਦੇਵ ਸਿੰਘ ਸੜਦੇ ਹੋਣੀ ਜਿਹੜੇ ਆ, ਅਸੀਂ ਬੜੇ ਚਿਰ ਦੇ ਵਿੱਚ ਰਹੇ ਉਹਨਾਂ ਨਾਲ, ਉਹ ਅੰਦਰ ਖਾਤੇ ਜੱਫੀਆਂ ਪਾ ਲੈਂਦੇ, ਅੰਦਰ ਖਾਤੇ ਮੀਟਿੰਗਾਂ ਹੋ ਜਾਂਦੀਆਂ, ਅਸੀਂ ਉਹਦੇ ਬੰਦੇ ਹੈਗੇ ਜਿਹੜੀ ਗੱਲ ਕਰਾਂਗੇ ਇੱਥੇ ਕੋਈ ਅਫਸਰ ਹੀ ਆਊਗਾ ਉਹਨੂੰ ਕਹੋ ਸਿੰਘਾਂ ਚ ਬਹਿ ਕੇ ਗੱਲ ਕਰ, ਕੋਈ ਅੰਦਰ ਜਾ ਕੇ ਗੱਲ ਨਹੀਂ ਕਰਾਂਗੇ। ਕਿਉਂਕਿ ਜਦੋਂ ਉਹਨੇ ਬੋਲਣ ਵੀ ਲੱਗਿਆ ਸੀ ਤੇ ਉਦੋਂ ਖਾਲਿਸਤਾਨ ਦੇ ਬੜੇ ਨਾਰੇ ਲਾਏ ਆ, ਤੇ ਉਹਨੀ ਅਖੀਰ ਦੇ ਵਿੱਚ ਬੜੇ ਤਰਕ ਜਿਹੀ ਨਾ ਕੀਤਾ ਵੀ ਅਸੀਂ ਬਲਬੀਰ ਸਿੰਘ ਦੇ ਪੈਰੀ ਪੈ ਜਾਂਦੇ ਹਾਂ, ਅਸੀਂ ਜਿੱਦਾਂ ਕਹਿਣਗੇ ਉਦਾਂ ਕਰ ਲੈਣਗੇ, ਇਹੋ ਜਿਹੀ ਗੱਲ ਵੀ ਜਿੱਦਾਂ ਉਹਨਾਂ ਨੇ ਕੀਤੀ ਸਟੇਜ ਤੇ। ਉਹੀ ਗੱਲ ਆ ਗਈ, ਪ੍ਰਸ਼ਾਸਨ ਜਿਹੜਾ ਬੜਿਆਂ ਨੂੰ ਦਬਾ ਰਿਹਾ ਕੱਲ ਕੇ ਚੱਲ ਜਾਣੇ ਇੱਥੋਂ ਇੱਥੋਂ ਉੱਠ ਕੇ ਚੱਲ ਜਾਣ। ਅੱਛਾ, ਅਸੀਂ ਨਹੀਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਅਸੀਂ ਜਿਉਂ ਦੀ ਤਿਉਂ ਮਹਾਰਾਜ ਨੇ ਕਿਰਪਾ ਕੀਤੀ ਬੈਠੇ ਹਾਂ, ਇੱਥੇ ਸਾਨੂੰ ਜਿਹਨਾਂ ਚ ਵੀ ਜਾਣਾ ਪੈ ਜਾਵੇ ਤਾਂ ਵੀ ਕੋਈ ਗੱਲ ਨੀ, ਕਿਉਂਕਿ ਬਹੁਤਾ ਢਾ ਕੇ ਰਹਾਂਗੇ ਗੁਰੂ ਸਾਹਿਬ ਦੀ ਕਿਰਪਾ ਨਾਲ।
ਕਮੇਟੀ ਬਣਾਈ ਆ ਜਾਂ ਸ਼੍ਰੋਮਣੀ ਕਮੇਟੀ ਜਾਂ ਕੀਰਤਨੀ ਸੰਘ ਦਾ ਜਿਹੜੇ ਗ੍ਰੰਥੀ ਸਿੰਘਾਂ ਦਾ ਤੁਹਾਨੂੰ ਸਹਿਯੋਗ ਮਿਲਿਆ, ਮਤਲਬ ਤੁਹਾਨੂੰ ਨੀ ਪੂਰੇ ਪੰਥ ਨੂੰ, ਕਿਉਂਕਿ ਮੰਗ ਤੋਂ ਬਾਹਰ ਕਿਤੇ ਵਿਦੇਸ਼ਾਂ ਵਿੱਚ ਸਿੱਖ ਦੇ ਜੋ ਵੀ ਤੇ ਹਰ ਸਿੱਖ ਚਾਹੁੰਦਾ ਕਿ ਨਚਾਰਾਂ ਦੇ ਜਿਹੜੇ ਬੋਤੇ ਇੱਥੇ ਹਟਾਏ ਜਾਣ, ਤੇ ਕੀ ਕਹਿਣਾ ਚਾਹੋਗੇ ਇਸ ਸੰਬੰਧ? ਦੇਖੋ ਜੀ, ਜਿਹੜੇ ਰਾਜੀ ਸਿੰਘ ਵਾ ਉਹ ਅਜੇ ਸ਼੍ਰੋਮਣੀ ਕਮੇਟੀ ਦੇ ਸਾਰੇ ਅਧੀਨ ਵਾ। ਠੀਕ ਹੈ। ਹਾਂਜੀ, ਮੈਂ ਬਹੁਤ ਉਹਨਾਂ ਦਾ ਰਿਣੀ ਆ, ਰਾਜੀ ਸਿੰਘਾਂ ਦਾ, ਜਿਨ੍ਹਾਂ ਨੇ ਇਹਨੂੰ ਆਵਾਜ਼ ਨੂੰ ਵਧਾਇਆ ਵਾ ਲੋਕਾਂ ਤੱਕ। ਹੋਰ ਵੀ ਜਿਹੜੀਆਂ ਜਥੇਬੰਦੀਆਂ ਬੈਠੀਆਂ ਵਾ ਉਹਨਾਂ ਨੂੰ ਇੱਥੇ ਪਹੁੰਚਣਾ ਚਾਹੀਦਾ ਵਾ, ਕਿਉਂਕਿ ਇਹ ਇਕੱਲਾ ਸਾਡਾ ਕੰਮ ਨੀ ਆ। ਅਸੀਂ ਜਿਹੜਾ ਮਰਜ਼ੀ ਇੱਥੇ ਆਣ ਕੇ ਇੱਕ ਪਲੇਟਫਾਰਮ ਤੇ ਆਪਾਂ ਇਕੱਠੇ ਹੋ ਕਰਕੇ ਤੇ ਅਜੇ ਜੇ ਬੋਤਾ ਢਾ ਦਿੱਤੇ ਸਾਰਾ ਸੇਰਾ ਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਬਖਸ਼ਿਸ਼ ਕਰਨਾ, ਜਿਹੜੇ ਸਿੰਘ ਅੱਗੇ ਲੱਗਣਗੇ, ਆ ਜਿਹੜੇ ਸਿੰਘ ਸਾਰੇ ਆਣ ਕੇ ਇਸ ਸੰਗਤ ਦੇ ਯੋਗਦਾਨ ਪਾਉਣਗੇ। ਗੁਰੂ ਕਿਰਪਾ ਕਰੇ, ਜੜਦੀ ਕੜਾ ਕਰੇ, ਚੈਨਲ ਆਪ ਜੀ ਦਾ, ਗੁਰੂ ਰਾਮਦਾਸ ਜੀ ਮਿਹਰ ਕਰੇ। ਧੰਨਵਾਦ ਜੀ, ਧੰਨਵਾਦ, ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।